ਕਿ ਅਨਮੋਲ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਰੋਕਣ ਲਈ ਸਟੂਡੈਂਟ ਵੱਲੋਂ ਕੀਤਾ ਗਿਆ ਸ਼ਾਂਤਮਈ ਵਿਰੋਧ ਅੱਜ ਅੰਦੋਲਨ ਦਾ ਰੂਪ ਧਾਰਨ ਕਰ ਗਿਆ ਹੈ। ਮੈਂ ਤੁਹਾਡੀ ਆਪਣੀ ਨਵਦੀਪ ਸਿੰਘ ਸੁਸਤ ਪਾਰਟੀ ਵੱਲੋਂ ਜਿਹੜੇ ਹਿਸਾਬ ਨਾਲ ਆ ਪਾਰਟੀ ਵਾਲੇ ਨੇ ਸਾਡੇ ਧਰਨੇ ਨੂੰ ਚੋਣਾਵੀ ਮੰਚ ਬਣਾ ਕੇ ਰੱਖਤਾ ਨਾ, ਮੈਨੂੰ ਲੱਗਦਾ ਸਾਡਾ ਲੋਕ ਨਾਟਕ ਵੀ ਖੂਚ ਹੀ ਜਾਊ। ਅਸੀਂ ਇੱਥੇ ਸਾਰੇ ਅਨਮੋਲ ਦੀ ਸਪੋਰਟ ਲਈ ਇਕੱਠੇ ਹੋਏ ਆ, ਤੁਹਾਡਾ ਪਾਰਟੀਆਂ ਦਾ ਲੈਕਚਰ ਸੁਣਨ ਨਹੀਂ ਆਏ। ਛੋਰੀ, ਧਰਤੀ ਕਿਸਨੇ ਬੋਲਿਆ ਵਿੱਚ ਮੈਂ ਬੋਲਣ ਖਾਤਰ? ਹਾਂ ਸਿੱਧੇ ਮੂੰਹ ਗੱਲ ਕਰ ਓਏ। ਇਹਨਾਂ ਨੂੰ ਇਨਵੈਸਟੀਗੇਟ ਕਰਤਾ ਤਾਂ ਗੱਲ ਵੱਧ ਸਕਦੀ ਹੈ। ਫਿਰ ਵਾਰਨਿੰਗ ਦੇ ਕੇ ਡਰਾ ਤਾਂ ਸਕਦੇ ਆ ਜੀ? ਵਾਰਨਿੰਗ ਫਿਰ ਸਾਰਿਆਂ ਨੂੰ ਦੇ ਦੋ। ਜੇ ਤੁਸੀਂ ਇਹ ਆਪਣਾ ਧਰਨਾ ਬੰਦ ਨਾ ਕੀਤਾ ਤਾਂ ਤੁਹਾਨੂੰ ਸਭ ਨੂੰ ਇਨਵੈਸਟੀਗੇਟ ਕਰ ਦਿੱਤਾ ਜਾਊਗਾ। ਸਾਥੀਓ, ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ। ਰਾਈਟ ਟੂ ਇਨਫੋਰਮੇਸ਼ਨ ਐਕਟ ਜੋ ਕਿ ਮੈਨੂੰ ਮੇਰੇ ਪੇਪਰ ਦਿਖਾਉਣ ਦਾ ਅਧਿਕਾਰ ਦਿੰਦੀ ਆ। ਹਮਕੋ ਮਾਲੂਮ ਹੈ, ਆਪਨੇ ਗਾੜੀ ਵੇਚ ਕਰ ਪੈਸੋ ਕਾ ਇੰਤਜ਼ਾਮ ਕੀਆ ਹੈ ਨਾ? ਯਾਰ ਜੇ ਤੈਨੂੰ ਪਤਾ ਲੱਗ ਗਿਆ ਹੁਣ ਇਹ ਗੱਲ ਆਪਦੇ ਤੱਕ ਹੀ ਰੱਖੀ। ਜਿਵੇਂ ਕਿ ਅੱਜ ਅਨਮੋਲ ਨੇ ਇੱਥੇ ਆ ਕੇ ਪ੍ਰਸ਼ਾਸਨ ਮੂਰੇ ਖੜਨ ਦੀ ਹਿੰਮਤ ਕਰੀ ਹੈ, ਉਵੇਂ ਸਾਨੂੰ ਸਾਰਿਆਂ ਨੂੰ ਆਪਣੀ ਆਵਾਜ਼ ਨੂੰ ਬੁਲੰਦ ਰੱਖਣਾ ਪਊਗਾ ਤੇ ਸੋਚਣਾ ਪਊਗਾ। ਅਨਮੋਲ ਔਰ ਸੁਖਚੈਨ, ਤੁਮ ਲੋਗੋਂ ਕੋ ਪ੍ਰਿੰਸੀਪਲ ਆਫਿਸ ਮੇਂ ਬੁਲਾਇਆ। ਬੈਸਟ ਆਫ ਲੱਕ ਬਾਈ, ਸਭ ਵਧੀਆ ਹੋਊਗਾ ਵੀਰ। May we come in, sir? Come in. Good afternoon, sir. ਅਨਮੋਲ ਦੀਪ ਸਿੰਘ ਸਿੱਧੂ, ਸੁਣਿਆ ਬੜੇ ਬ੍ਰਾਈਟ ਸਟੂਡੈਂਟ ਹੋ, ਪਿਛਲੇ 2 ਸੈਮ ਤੋਂ ਟੌਪ ਕਰਦੇ ਆ ਰਹੇ। ਰਵਲੀਨ ਮੈਡਮ ਵੀ ਤੁਹਾਡੀ ਬੜੀ ਤਾਰੀਫ ਕਰ ਰਹੇ ਸੀ। ਥੈਂਕ ਯੂ ਸਰ। ਪਰ ਤੁਹਾਡੀ ਅਸਲ ਸੱਚਾਈ ਤਾਂ ਮੈਨੂੰ ਬਲਵੀਰ ਸਰ ਤੋਂ ਪਤਾ ਲੱਗੀ। ਉਹ ਜਿਹੜਾ ਨਕਲੀ ਫੌਜੀ ਫੜਿਆ ਸੀ ਕਾਲਜ ਦੇ ਵਿੱਚੋਂ, ਉਹ ਵੀ ਤੁਹਾਡਾ ਦੋਸਤ ਸੀ, ਅਤੇ ਉਹ ਜਿਹੜੀ ਵੀਡੀਓ ਵਾਇਰਲ ਹੋਈ ਸੀ ਲੜਾਈ ਦੀ, ਉਹ ਵੀ ਤੇਰੇ ਜਨਮ ਦਿਨ ਦੀ ਸੀ। ਚਲੋ, ਜੇ ਆਪਾਂ ਇਹ ਸਾਰੀਆਂ ਗੱਲਾਂ ਇੱਕ ਪਾਸੇ ਰੱਖ ਦਈਏ, ਇਹ ਵੀ ਮੰਨ ਲਈਏ ਕਿ ਪਰਚੀ CPI ਦੀ ਨਹੀਂ ਸੀ, ਪਰ ਜਦੋਂ ਤੇਰੇ ਤੋਂ ਪਰਚੀ ਫੜੀ ਗਈ ਸੀ ਉਦੋਂ ਤੂੰ ਕਿਉਂ ਨਹੀਂ ਬੋਲਿਆ? ਸਰ, ਉਸ ਦਿਨ ਮੈਨੂੰ ਆਪਣਾ ਪੱਖ ਰੱਖਣ ਦਾ ਮੌਕਾ ਨਹੀਂ ਦਿੱਤਾ ਗਿਆ। ਨਾ ਪੱਖ ਰੱਖਣ ਨੂੰ ਰਹਿ ਕੇ ਗਿਆ ਸੀ, ਸ਼ਰਿਆਂ ਤਾਂ ਚੀਟਿੰਗ ਕਰਦਾ ਫੜਿਆ ਗਿਆ। ਸਰ, ਐਗਜ਼ਾਮੀਨੇਸ਼ਨ ਟਾਈਮ ਮੱਖਾ ਖੋਲ ਕੇ ਡਿਊਟੀ ਦਿਆ ਕਰੋ, ਮੇਰਾ ਪਰਸ ਕਢਵਾ ਕੇ ਉਹਦੇ 'ਚੋਂ ਪਰਚੀ ਕੱਢੀ ਗਈ ਹੈ। ਸਾਰਾ ਦੇਖ ਲਓ, ਟੀਚਰ ਨਾਲ ਬੋਲਣ ਦੀ ਤਮੀਜ਼ ਨੇ ਇਹਨੂੰ, ਇਹਦੇ ਪਿੱਛੇ ਲੱਗ ਕੇ ਆਪਾਂ ਆਪਣੇ ਕਾਲਜ ਦੀ ਪੇਪਰ ਨਾ ਦਿਖਾਉਣ ਦੀ ਪਾਲਿਸੀ ਚੇਂਜ ਕਰ ਦਈਏ। ਸਰ, ਹੁਣ ਤਾਂ ਮੇਰੇ ਕੋਲ ਆਟੀ ਹੈਗੀ ਆ, ਪਾਲਿਸੀ ਤਾਂ ਬਦਲਣੀਆਂ ਪੈਣੀਆਂ ਨੇ। ਅਨਮੋਲ, ਸੌਰੀ ਬੋਲੋ ਸਰ ਨੂੰ। ਅਨਮੋਲ, ਸੌਰੀ ਸਰ। ਸਰ, ਮੈਨੂੰ ਲੱਗਦਾ ਆਪਾਂ ਨੂੰ ਅਨਮੋਲ ਨੂੰ ਪਰਚੀ ਦਿਖਾ ਦੇਣੀ ਚਾਹੀਦੀ ਹੈ, ਕਿਉਂਕਿ ਕਾਲਜ ਪਾਲਿਸੀ ਨਾਲੋਂ ਸਟੂਡੈਂਟਸ ਦਾ ਭਰੋਸਾ ਜਿੱਤਣਾ ਜ਼ਿਆਦਾ ਜ਼ਰੂਰੀ ਹੈ। ਦਿਖਾ ਦਿੰਦੇ ਹਾਂ, ਪਰ 30 ਦਿਨ ਤੋਂ ਬਾਅਦ। ਉਹ ਕਿਉਂ ਸਰ? ਕਿਉਂਕਿ RTI ਦੀ ਪਾਲਿਸੀ ਆ, ਐਪਲੀਕੈਂਟ ਨੂੰ 30 ਦਿਨ ਦੇ ਵਿੱਚ ਜਵਾਬ ਦੇਣਾ। 30 ਦਿਨ ਤੋਂ ਬਾਅਦ ਤੁਹਾਨੂੰ ਪੇਪਰ ਦਿਖਾ ਦਾਂਗੇ। ਹੁਣ ਤਾਂ ਖੁਸ਼ ਹੋ ਵੀ, ਹੁਣ ਸਰਕਾਰ ਦੀ ਪਾਲਿਸੀ 'ਤੇ ਕੋਈ ਪ੍ਰੋਬਲਮ ਤਾਂ ਨਹੀਂ ਤੁਹਾਨੂੰ? ਨਹੀਂ ਸਰ। ਇਹ ਦੱਸ ਦਿਓ ਕਿ ਜੇ ਕਿਸੇ ਹੋਰ ਸਬਜੈਕਟ ਦੀ ਪਰਚੀ ਨਿਕਲੀ ਤਾਂ ਫਿਰ? ਫਿਰ ਉਦੋਂ ਦਾ ਉਦੋਂ ਹੀ ਦੇਖਾਂਗੇ, ਹੁਣ ਤੁਸੀਂ ਜਾ ਸਕਦੇ ਹੋ। ਥੈਂਕ ਯੂ ਸਰ। ਕੀ ਬਣਿਆ ਬਾਈ? ਵੇਟ ਕਰੋ, ਜਸ ਦੱਸਦੇ ਹਾਂ। ਆ ਜਾਓ ਬਾਈ, ਤੁਸੀਂ ਵੀ ਆ ਜਾਓਗੇ, ਆ ਜਾਓ। ਦੋਸਤੋ, ਸਭ ਤੋਂ ਪਹਿਲਾਂ ਅਸੀਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜੋ ਤੁਸੀਂ ਅੱਜ ਸਵੇਰ ਤੋਂ ਹੀ ਇਸ ਪ੍ਰੋਟੈਸਟ 'ਚ ਸਾਡੇ ਨਾਲ ਖੜ੍ਹੇ ਹੋ। ਬਾਕੀ ਰਹੀ ਗੱਲ ਪਰਚੀ ਦਿਖਾਉਣ ਦੀ, ਉਹ ਕਾਲਜ ਪ੍ਰਸ਼ਾਸਨ ਦਿਖਾਉਣ ਲਈ ਮੰਨ ਗਿਆ ਹੈ। ਇਨਕਲਾਬ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ। ਪਰ RTI ਦਾ ਜਵਾਬ 30 ਦਿਨਾਂ 'ਚ ਦੇਣਾ ਹੁੰਦਾ ਹੈ, ਇਸ ਕਰਕੇ ਕਾਲਜ ਵਾਲੇ ਪੇਪਰ ਵੀ 30 ਦਿਨਾਂ ਦੇ ਬਾਅਦ ਹੀ ਦਿਖਾਉਣਗੇ। ਹੁਣ 30 ਦਿਨ ਤੱਕ ਬੈਠਾਂਗੇ। ਸੋ ਅਸੀਂ ਇੱਕ ਵਾਰ ਫੇਰ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ, ਤੁਸੀਂ ਆਪਣੀਆਂ ਕਲਾਸਾਂ ਛੱਡ ਕੇ ਸਾਡੇ ਇਸ ਪ੍ਰੋਟੈਸਟ ਦੇ ਨਾਲ ਜੁੜੇ। 30 ਪੇਜਾਂ ਦੇ ਅਸਾਈਨਮੈਂਟ ਸਾਨੂੰ ਇੱਕ ਦਿਨ 'ਚ ਬਣਾਉਣ ਨੂੰ ਕਹਿੰਦੇ ਨੇ, ਪਰ ਇੱਕ ਪਰਚੀ ਦਿਖਾਉਣ ਨੂੰ 30 ਦਿਨ? ਸਹੀ ਗੱਲ ਹੈ,
ਜਦੋਂ ਫੀਸਾਂ ਭਰਾਉਣੀਆਂ ਹੁੰਦੀਆਂ ਨੇ ਉਦੋਂ ਤਾਂ ਇਹਨਾਂ ਦੇ ਬੜੇ ਹੱਥ ਚੱਲਦੇ ਆ ਪੈਸੇ ਗਿਣਨ ਨੂੰ, ਨਾ ਹੁਣ ਇੱਕ ਪੇਪਰ ਨਹੀਂ ਚੱਕ ਕੇ ਦਿਖਾ ਸਕਦੇ। ਸਹੀ ਗੱਲ ਹੈ, ਲੱਖਾਂ ਦੇ ਸਾਡੇ ਤੋਂ ਫੀਸ ਲੈ ਲੈਂਦੇ ਆ, ਕੰਮ ਧੇਲੇ ਦਾ ਨਹੀਂ ਕਰਦੇ। ਜਦੋਂ ਤੱਕ ਪਰਚੀ ਨਹੀਂ ਦਿਖਾਓਗੇ ਅਸੀਂ ਅਨਮੋਲ ਨਾਲ ਇੱਥੇ ਹੀ ਡਟੇ ਰਹਾਂਗੇ। ਜੀ ਸਰ। ਬਰਜੇਸ਼, ਐਡਮ ਲਾਗ ਚ ਅਨਮੋਲ ਦਾ ਪੇਪਰ ਲੈ ਕੇ। ਕੀ ਦੇ ਰਿਹਾ ਸਰ? ਤੁਸੀਂ ਵੀ ਨਾਲ ਸਾਰਿਆਂ ਦੀ ਹਾਜ਼ਰੀ 'ਚ ਪੇਪਰ ਦਿਖਾਉਣ, ਐਵੇਂ ਨਾ ਸਟੂਡੈਂਟ ਕੋਈ ਨਵਾਂ ਡਰਾਮਾ ਕ੍ਰੀਏਟ ਕਰਦੇ। ਓਕੇ ਸਰ। ਗੇਟ ਖੋਲੋ ਵੀ, ਅੰਦਰੋਂ ਅਨਮੋਲ ਦਾ ਪੇਪਰ ਲੈ ਕੇ ਆਉਣਾ। ਚਾਬੀ ਦੋ। ਪੈਸਾ ਦੋ, ਚਾਬੀ ਲੋ, ਕਲੀਅਰ ਹੈ? ਇੱਕ ਸ਼ਰਤ ਗੇਟ ਖੋਲੂਗਾ, ਜੇ ਸਾਡੇ ਚੋਂ ਕੋਈ ਵੀ ਇੱਕ ਜਾਣਾ ਪੇਪਰ ਲੈਣ ਨਾਲ ਜਾਊਗਾ। ਪੇਪਰ ਲੈਣ ਚੱਲਿਆ ਅੰਦਰੋਂ, ਨਾਨਕੇ ਨਹੀਂ ਚੱਲੇ, ਤੁਹਾਡੇ ਨਾਲ ਚੱਲੇਗਾ। ਫਿਰ ਤਾਂ ਨਹੀਂ ਖੁੱਲਦਾ ਗੇਟ। ਜੇ ਨਾਲੇ ਜਾਣਾ ਹੈ ਤਾਂ ਮੈਂ ਚਲੇ ਜਾਂਦਾ ਕਿਹਣਾ ਅੰਦਰ। ਸਹੀ ਹੈ ਬਾਈ, ਕਿਆ ਕਹਿੰਦੇ ਹੋ? ਅਰੇ ਯਾਰ, ਮੇਰੇ ਪੇ ਨਾ ਸੀ, ਆਪਣੇ ਟੀਚਰ ਪੇ ਤਾਂ ਟਰੱਸਟ ਕਰੋ। ਜੇ ਇਹੀ ਗੱਲ ਆ ਫਿਰ ਅਵਲੀਨ ਮੈਮ ਵੀ ਨਾਲ ਹੀ ਜਾਣਗੇ, ਤਾਂ ਅਸੀਂ ਗੇਟ ਖੋਲ੍ਹਣ ਲਈ ਤਿਆਰ ਹਾਂ। ਠੀਕ ਹੈ ਫਿਰ, ਮੈਂ ਚੱਲਦੀ ਹਾਂ। ਚਲੋ ਠੀਕ ਹੈ। ਬਰਜੇਸ਼, ਫੜ ਚੱਲ। ਆਈਏ ਮੈਮ ਜੀ। ਅਨਮੋਲ ਬੇਕਸੂਰ ਹੈ, ਪਰਚੀ ਸੀਪੀਆਈ ਦੀ ਨਹੀਂ ਹੈ। ਸ਼ੁਕਰੀਆ ਅੰਕਲ। ਸ਼ੁਕਰੀਆ ਤੋ ਤੇਰਾ ਹੈਗਾ ਪੁੱਤਰ, ਹੈ ਜੋ ਇਤਨੇ ਔਖੇ ਹਾਲਾਤ ਮੇ ਵੀ ਸਾਡੀ ਮਦਦ ਕੀਤੀ ਹੈ। ਕੈਸੀ ਬਾਤ ਕਰ ਰਹੇ ਅੰਕਲ, ਇਹ ਤੋ ਹਮਾਰਾ ਫਰਜ਼ ਥਾ। ਤੂੰ ਵੀ ਇਨਕੇ ਕਾਲਜ ਮੇ ਪੜ੍ਹਦਾ ਹੈਗਾ? ਹਾਂਜੀ ਹਾਂਜੀ।
और अंकल आप ना पंजाबी बोलो, वो ज्यादा समझ में आएगा। हिंदी च ना साडा हाथ भी तंगी है। अंकल अंकल सत श्री अकाल जी। बोला ओए आजो आजो आजो। आपको देख के दिल एकदम गदगद हो गया। ओए ता सब तेरी मेहरबानी है यार। जे तो मेरे कन्नी गल ना पौंदा कि पर्ची किसी और सब्जेक्ट दी हो सकती है, शायद मैं जिथे ना। अरे नहीं भैया ऐसा। तू बिल्कुल ठीक है अनमोल, जे अज ये ना होंगे तो शायद लक्की भी ना इतने होंगे। महाराज ने साड़ी लाज रख ली। चंगा इंज करो तुसी बैठो बैठो पुत, ये दसो की पियोगे? वैसे माहौल तो अंकल घर की गड्डी पीण दा, जे नहीं तो ऐदा करो घर का दुध ही लिया वह पी लैने। ठीक है तुसी बैठो पुत, मैं लेके आया। बैठो 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 मेरा पुत। इधर और जस भैया खेदा भोजन बढ़िया। लक्की नहीं देखता कितना लकी भी वो नाका लगाने गए हैं। नाका? इन्हें फिर वही पुट्ठे काम शुरू करते अपने। हुन फौज दी वर्दी लाके पुलिस दी पाली नाके लाउंदा फिरदा। अरे कम भैया वो नाका नहीं, अरे वो फावड़ा से मिट्टी का बांध नहीं बनाते हैं पानी रोकने के लिए। ओ नक्के नु नाका दसदा। हां भाई साले नाले दस्या नहीं अशोक लाल मान गया केस ड्रॉप करने लिए। वो भैया वो तो हमको खुद रूप भैया से पता चला, और वैसे भी भैया आप लोग तो प्रोटेस्ट में बिजी थे तो इसीलिए नहीं आपको बता पाया। बताया था तू सानू बहुत कुछ नहीं कि तू पंजाब दा फ्री फायर चैंपियन है। नहीं भैया ऐसा कुछ नहीं है। ऐसे ही कुछ है काका जी, झूठ ना मार। असी पूरी रिसर्च करके आए, स्क्वाड तेरी चैंपियन बनी सी ते टूर्नामेंट दा टॉप फ्रैगर रहे तू। दस ठीक है भैया वो तो ठीक है, लेकिन अब किसी और को मत बताना प्लीज। ला ओ जे किसी नु दसना ही नहीं सी फिर खेलन क्यों लग गया तू? अरे भैया वो तो हम माइंड रिलैक्स करने के लिए खेले थे। वो वक्त में हमको क्या पता था कि स्टडी के साथ साथ फ्री फायर भी हमारा पैसन बन जाएगा। की मतलब? अरे मतलब भैया आपको तो पता है ना कि यूपीएससी का पढ़ाई कितना टफ होता है, और वैसे भी उस वक्त पे हमारा कौन सा इतना दोस्त था कोई। बस फिर हम फ्री फायर को अपना फ्रेंड बनाए और खेले दबा के। फिर एक दिन क्या हुआ कि हमको एक दोस्त बोला कि अरे भूषण क्यों ना हम फ्री फायर का चैंपियनशिप खेले। हमने भी सोचा कि यार बात तो ठीक कर रहा है भैया। हम खेले और हमको क्या पता था भैया कि हम वही टूर्नामेंट में टॉप करेंगे और फ्री फायर चैंपियन बन जाएंगे। क्या बात है भूषण, पर सानू पता की लगता यार तेनू ना अपना है जेड़ा टैलेंट है लुकाना नहीं चाहिए। हाँ सामने आओ सामने। अरे भैया हम सामने तो आ जाए लेकिन चल वधिया गल लग्या। फिर लखविंदर सिंह दा 1 BHK लै मैं कहना होमलैंड नूं मात पाउंदा है। ओ तो ठीक है पर तू गेट कर दे हिसाब नाल ही रखा लिया। ओए आ जाओ आ जाओ मुंडे आ जाओ आ जाओ। ओ आ जाओ गरम गरम दूध आ जाओ दूध पी। शाबाश आ जाओ मेरे शेर पुत्र। हेलो पुत्र। वाहेगुरु बापू जी। हां जी पुत्र। मैं ना आलू वाले खेतों च पानी तो लाया सीगा जी। अच्छा तुसी इदा करियो सोसाइटी च दस दियो भी सानू ना 2 दिन लई ट्रैक्टर चाहिए, फिर आप सब्जियां लई वाण भी तैयार करना। ट्रैक्टर तो आप बिल्लू तो भी ले लेंगे नाले रेट भी घट लगो। चलो देख लो जिदा थोड़ा ठीक लगता, मैं तारा कट के आया। वो पुत आ जा बह जा, आ तेरे दोस्त यार आए हुए हैं, अज आए तो अज ही काम पर लग गया, कोई नहीं हो जू। आ जा मेरा पुत। शाबाश हाँ बह जा मेरा शेर पुत। हाँ कमाल है थोड़े, वो किमें सिर सिटी बैठे हो, वो खुशी का दिन है, सारे दोस्त इकट्ठे हुए, कोई गल्ला बातें करो हैं। लक्की की सोचा फिर कादे बारे? देख लक्की जो होना सी वो हो गया, असी सारे ना यार जस
मैं दोबारा वापस कॉलेज नहीं जाना। क्यों नहीं जाना पुत्र दे? बापू जी मेथों हूँ उस माहौल च पढ़िया नहीं जाना जिते मैं सारे एक चोर की निगाह देखे। यार लोग की सोचते हैं आप तो की लैना है ना लक्की इन्ने माड़े भी नहीं है अपने कॉलेज के स्टूडेंट्स। हाँ सही गल जिमें जमीन खड़े ने मैं लगता वो तेरे लातों में भी जरूरत मिलन गए। ना यार मैं तो सोच लिया बापू जी नाल खेतीबाड़ी च हाथ बटाया करूंगा। कमला हो गया तू है तेरे सामने सारी उम्र गुजर गई खेतीबाड़ी करने की दस केड़े महल खड़े कर ले। ते बापू जी मैं पढ़ के केड़ा लल्लर लाते थोनू शर्मिंदा किया ते नाले इन्हां सारयां नूं भी होर तां होर देश की सेवा करने वाले फौजी वीरां दी वर्दी नूं भी दाग लाया मैं तां तो वड्डी होर नलायकी की हो सकती है। भैया लायक के आगे सिर्फ ना लगने से कोई नालायक नहीं हो जाता। अरे भैया आपके पास बहुत टाइम है अपने आप को प्रूव करने के लिए। नहीं भैया कहना बहुत सौखा है छोटे वीर पर सुनना सुनना बहुत औखा। तू नहीं समझेगा क्या बात कर रहे हैं भैया। हम नहीं समझ सकते भैया। आपको पता है जब एक बिहारी स्टूडेंट पंजाब में आता है ना तब लोग उसका कौन कौन नाम से पुकारते हैं? भैया सीरी चौल रामू। ते सुनना पै रहे हैं ना फिर इदा ही सुनना पेगा। तेनू की लगता ये लोग हट जाएंगे? नहीं वहम आ तेरा। लेकिन हम चुप करवाएंगे भैया आईएएस बनकर। यूपीएससी का प्रीलिम्स क्लियर है हमारा मेंस का रिजल्ट और एक इंटरव्यू बस फिर देखना भैया। आज जो हाथ हमारा मजाक उड़ाने के लिए उठते हैं ना भैया कल को वही हाथ हमको सलूट ठोकेंगे हमार मैया कसम। लक्की और उगता सही पुत्र। लक्की चलो ठीक है अंकल जी असी हूं चलते हैं तुसी लक्की का ख्याल रखियो। नहीं नहीं पुत्र ऐस वेले नहीं मैं जान देना तड़के साजरे चले। नहीं अंकल सानू जा लैन दो जी हले तो जाके अनमोल का इंतजाम भी करना ही रहने का होस्टल च। थैंक यू जे मजबूरी है तो पुत्र मैं कहू रोकागा पर ध्यान नाल जाइयो। कोई चक्कर नहीं अंकल किसी चीज की लोड़ हुई दस्सा है ना। चंगा अंकल सत श्री अकाल जी। सत श्री अकाल पुत्र। राम राम। भैया हम कुछ ज्यादा तो नहीं बोल गए ना? ओ नहीं नहीं भूषण ठीक सी वैसे भी उन्हें साड़ी गल तो सुनी नहीं होनी हो सकता तेरी गल का ही असर हो गया होवे उत्ते। ते नाले यार भूषण जो मैं तेनों पहले दिन वो गलत जा बोलिया सी ना ओदली सॉरी आई है साहब। अरे कोई बात नहीं भैया क्या बात कर रहे हैं इसका मतलब ये है कि महाराज ने सॉरी भूषण तो नहीं आई है यार साहब तो मंगी है ये तो वही गल हुई कि अग लगी नहीं तो डब्बू कुत्ती गंत है। समझ में तो नहीं आया लेकिन अच्छा बहुत लगा। जासा लाल काला बैग मेरा नहीं सी? ओ यार हर पीली चीज सोना नहीं होंगी तो हर लाल बैग तेरा नहीं होंगे है कि नहीं? जस अनीरा स्पीकर तो मैं तेरा लगता यार। ओ हाँ वो आ बैग भी मेरा ओ खाड़ो एक मिनट साडा समान लेके आ गया। भाई जी चीमा भाई जी थोनू नवा कमरा अलॉट करता। नवा कमरा आ थोड़े आईडी कार्ड। जस चक स्वाद तो हुंदा होगा हॉस्टल च रहण दा। ओ अनमोल तेरा आईडी कार्ड भी बन गया दिखाई। बाबे नवा रूम मिल गया भाई मैं चलदा 205 नंबर का 205 नंबर ठीक है भाई ओके। पूछन भाई यार थैंक यू तेरा बहुत बहुत तू सच्ची बहुत हेल्प की थी सर। अरे नहीं भैया थैंक यू क्या बस वो है कि मिस करेंगे हम आपको। ला यार मिस करने वाली केड़ी गल है तेनू पता था साडा केड़ा सड़ जाना तेरे समान बिना जो दे वाजा वूजा बजाया करेंगे ना मैं तेरे रूम च आया करूं पड़ा। अरे पाजी आप कभी भी आओ आपका अपना रूम है
कोई दिक्कत नहीं। थैंक यू ब्रो। चलो ओके भैया। हाँ हाँ ठीक है भैया। ठीक है भूषण जी। हाँ ओके ओके बाय भैया। रूम मिल गया। कोई चीज का जरूरत होगा तो मांग। चाचे नूं सी कि इस बार सरपंच ही नहीं जान देनी। उन्हें चिमे बाई बाई 15 दिन पहले ही वोटां तो दारू पिलानी शुरू करती। नाले तो आप डक लिया करे, नाले पिंड वालों नूं जा रहा करे, पर वोटां च फिर भी हार गया। ना वो क्यों होए? वो चाचा चो निशान तां दसना ही भुल गया सी। व्हाट इज द चो निशान ब्रो? ओ ना मैनूं भी नहीं पता, मैं तो आप पिंड वालियां च सी। चोन निशान तो पता कर। ओ यार 10 बज गए, चाचा दारू पी के सो गया होना। वी वांट चोन निशान ब्रो। चल यार पूछ लेने हैं। ओ नवे मुंडे, वेलकम टू न्यू हाउस। सतिकाल जी मोबाइल जी। आगे भी मुड़ियो? ना जी हले तो रात ही हाँ। यार कद चुप भी रह लिया कर। भाई जी बहुत बहुत थैंक यू तुहाडा कि तुहाडे करके सानू हर रूम अलॉट होया। ओ थैंक यू वाली केड़ी गल है छोटे वीर, हुण हर स्टूडेंट की मदद करना तो मेरा फर्ज है। तुसी ऐ दसो आ कमरा किवें लग्या? हाँ कमरा ठीक है, कमरा कमरे वांगू है पर खाली खाली है। नहीं जस ना होर अगला तैनू कमरे तूड़ी भर के दे दे। चंगा फिर मुड़ियो असीं चलदे आ। बाई जी की गल हो गई, रुक जांदे थोड़ा? ओ कोई गल नहीं, हुण तां आउंदे ही रहना असीं ते बाकी जे किसे ने शक्ति वाटर पीना है ओ साडे नाल चल पो। ये पीते ने भाई जी आप कोई छड़ते नहीं। चलो आ जाओ फिर। हाँ जी चलो मैं आना है। तू की सोचन लग्या हाँ? यार मैनू डर आ किते डेजी हुण कोई होर नवा पंगा ना खड़ा कर दे। ओ यार जद तक असीं सारे तेरे नाल आ ना आ डेजी डूदी अरकी तो डरन दी तैनूं कोई लोड़ नहीं हैगी। चक्कर तां साले लक्की दा हो जिहदा अज मूंह जिहा बणाई बैठा सी, लगदा तां नहीं वापस आउंदा। हो आ जाऊगा, तूं एवें टेंशन कातों लैना? यार अनमोल जिंदगी दा ना कुछ नहीं पता, कदम पदरे चलदी चलदी ना कदों कच्चे लै जाए। हुण तू रूप ते कीरत दा ब्रेकअप देख ला, फिर लक्की ते 420 दा परचा, फिर तेरी रेस्टिगेशन। ऐ लगदा यार जिवें रब ना सच्ची हाथ धो के पिछे ही पै गया। फिर बाकी गल्लां दीआं गल्लां यार, फौजी दा कमरा बड़ा याद आऊगा। ओ तां है, उस कमरे करके तां आपां सारे इकट्ठे होए सी। छड़ यार लिटा लुटा बंद कर ते पई है हुण। ओ पै जाने आ इक नूं तां आ लैण दे, एवें आके जगाऊगा। ओ तां उदों ही मुड़ू जदों उहदे मूंह तों शराब दी हवाड़ मुकूगी। तैनूं याद आ हवाड़ दे चक्करां 'च लाली नूं कमरे 'चों किवें बाहर भजाया सी तूं? ओहनूं किवें भुल सकदे आ? कदे कदे तां मैनूं लगदा यार कि मैं उहनूं कुछ ज्यादा ही बोल पैंदा सी। कदे कदे रोज तो उन्हें सूई कुत्ते वांगू पै जांदा। सर तैनूं गल दसां, सानू भी इत्थे आके पता लग गया लाली दी बड़ी चढ़ाई है इत्थे होस्टल च। अच्छा? बड़े लोगों ने काम कढ़ाया उन्हें। यार बंदा तां चंगा सी पर उहदी संगत माड़ी सी।
ਕੀ ਹੋਇਆ ਨਾਨੇ ਆ ਕੀ ਕਰਿਆ ਪੋਸਟਰ 'ਚ ਤੁਸੀਂ ਮੇਰੇ ਨਾਮ ਦੇ ਸਪੈਲਿੰਗ ਗਲਤ ਛਪਵਾਤੇ ਨਵਦੀਪ 'ਚ ਡਬਲ ਹੀ ਆਉਂਦਾ ਤੁਸੀਂ ਸਿੰਗਲ ਆਈ ਛਪਵਾਤਾ ਵੀ ਇਹ ਤਾਂ ਬੜੀ ਮਾੜੀ ਗੱਲ ਆ ਢਿੱਲੋਂ ਕੀ ਹੈ ਢਿੱਲੋਂ ਕੋਈ ਗੱਲ ਨਹੀਂ ਜੀ ਬਈ ਸਾਡੇ ਨੰਨੇ ਦਾ ਖਿਆਲ ਰੱਖਿਆ ਕਰੋ ਹੋਰ ਢਿੱਲੋਂ ਸਟੂਡੈਂਟ ਕੀ ਸੋਚਣਗੇ ਕਿ ਜਿਹਦੇ ਨਾਮ ਦੀ ਸਪੈਲਿੰਗ ਹੀ ਨਹੀਂ ਠੀਕ ਉਹ ਬੰਦਾ ਕਿਵੇਂ ਠੀਕ ਹੋ ਸਕਦਾ ਕੋਈ ਗੱਲ ਨਹੀਂ ਆਪਾਂ ਨਵੇਂ ਪੋਸਟਰ ਦੇ ਵਿੱਚ ਆਈ ਦੀ ਥਾਂ ਡਬਲ ਈ ਵਾਲਾ ਨਵਦੀਪ ਕਰਾ ਦਿੰਦੇ ਹਾਂ ਹੋਰ ਦੱਸ ਠੀਕ ਹੈ ਜੀ ਜੀ ਨਾਲੇ ਐਨਕਾਂ ਵਾਲੀ ਫੋਟੋ ਸਟੂਡੈਂਟ ਕੀ ਸੋਚਣਗੇ ਵੀ ਜਿਹੜਾ ਆਪ ਨਹੀਂ ਦੇਖ ਸਕਦਾ ਉਹ ਕਾਲਜ ਦਾ ਚੰਗਾ ਮਾੜਾ ਕੀ ਦੇਖੇਗਾ ਬਈ ਵਾਹ ਢਿੱਲੋ ਸਾਡਾ ਨੰਨਾ ਤਾਂ ਮੰਤਰੀਆਂ ਵਾਂਗੂ ਦਲੀਲਾਂ ਦੇਣ ਲੱਗ ਪਿਆ ਬਿਲਕੁਲ ਜੀ ਅੱਛਾ ਹੋਰ ਦੱਸ ਪੋਸਟਰ 'ਚ ਕੁਛ ਹੋਰ ਤਾਂ ਹੀ ਚੇਂਜ ਕਰਾਉਣਾ ਮੈਂ ਦੀਦੀ ਨੂੰ ਪੁੱਛ ਕੇ ਆਵਾਂ ਜਾਂ ਪੁੱਛਿਆ ਠੀਕ ਹੈ ਹਾਂਜੀ ਦੋਸਤੋ ਮਿਲ ਗਿਆ ਸਾਰਿਆਂ ਨੂੰ ਸੋਡੀਅਮ ਕਲੋਰਾਈਡ ਉਹ ਨਲੈਕੋ ਮਿਲ ਗਿਆ ਸਾਰਿਆਂ ਨੂੰ ਨਮਕ ਅੱਛਾ ਜਿਹਨੂੰ ਨਹੀਂ ਮਿਲਿਆ ਨਾ ਉਹ ਕੱਲ੍ਹ ਨੂੰ ਟੁੱਥਪੇਸਟ ਕਰਕੇ ਆਇਓ ਕਿਉਂਕਿ ਟੁੱਥਪੇਸਟ ਮੈਂ ਨਮਕ ਹੈ ਨਾ ਠੀਕ ਹੈ ਠੀਕ ਹੈ ਕੱਲ੍ਹ ਆਪਾਂ ਨਾ ਕਾਲਜ ਮਿਲਾਂਗੇ ਟਾਈਮ ਸਿਰ ਆ ਜਾਇਓ ਸਾਰੇ ਠੀਕ ਹੈ ਸਾਡੀ ਪਾਰਟੀ ਜਿੱਤੂਗੀ ਜੀਜੂ ਮੈਂ ਦੀਦੀ ਨੂੰ ਪੁੱਛ ਕੇ ਆਉਣਾ ਦੀਦੀ ਦੀਦੀ ਬਾਈ ਜੀ ਆ ਜਿਹੜਾ ਸਮਾਨ ਬਚ ਗਿਆ ਇਹ ਕਿੱਥੇ ਰੱਖ ਦਈਏ ਰੱਖਣਾ ਕਿੱਥੇ ਆ ਨਾਲ ਹੀ ਲੈ ਜਾ ਇਹਨੂੰ ਗੱਲ ਤਾਂ ਹੋਈ ਸੀ ਵੀ ਹੁਣ ਨਸ਼ਾ ਮੁੰਡਿਆਂ ਦੇ ਹੋਸਟਲ ਸਿੱਧਾ ਹੀ ਦਿਆ ਕਰਾਂਗੇ ਪਰ ਬਾਈ ਜੀ ਆਪਾਂ ਹੋਸਟਲ 'ਚ ਨਸ਼ਾ ਸਪਲਾਈ ਨਹੀਂ ਕਰ ਸਕਦੇ ਕਿਉਂ ਇਲੈਕਸ਼ਨ ਕਰਕੇ ਸਾਰੇ ਕਾਲਜ ਦੇ ਵਿੱਚ ਸਖਤਾਈ ਕੀਤੀ ਹੋਈ ਹੈ ਅਤੇ ਚੱਪੇ ਚੱਪੇ 'ਤੇ CCTV ਕੈਮਰੇ ਲੱਗੇ ਹੋਏ ਫਿਰ ਮੇਰਾ ਘਰ ਵੀ ਕੋਈ ਸਮਗਲਿੰਗ ਦਾ ਅੱਡਾ ਨਹੀਂ ਕਿ ਚਿੱਟੇ ਦੀ ਬੋਰੀ ਰੋਜ਼ ਰੋਜ਼ ਇੱਥੇ ਆਵੇ ਨਾਲੇ ਜੇ ਇਲੈਕਸ਼ਨ ਕਰਕੇ ਇੰਨੀ ਸਖਤਾਈ ਵਧਣੀ ਸੀ ਤਾਂ ਇਹ ਗੱਲ ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸੀ ਮੈਂ ਨੰਨੇ ਨੂੰ ਇਲੈਕਸ਼ਨ 'ਚ ਖੜਾ ਕਰਦਾ ਕਦੇ ਰਿਸਕ ਨਾ ਲੈਂਦਾ ਠੀਕ ਹੈ ਬਾਈ ਜੀ ਮੈਂ ਉਸਤਾਦ ਜੀ ਨੂੰ ਦੱਸ ਦਿੰਦਾ ਕਿ ਤੁਸੀਂ ਸਾਡੇ ਨਾਲ ਬਿਜ਼ਨਸ ਕਰਨਾ ਹੀ ਨਹੀਂ ਚਾਹੁੰਦੇ ਇੱਕ ਮਿੰਟ ਤੇਜੀ ਹਰ ਮਸਲੇ ਦਾ ਹੱਲ ਹੁੰਦਾ ਹੈ ਆਪਾਂ ਇਹਦਾ ਵੀ ਹੱਲ ਕੱਢ ਲਾਂਗੇ ਤੂੰ ਫਿਲਹਾਲ ਬੋਰੀ ਇੱਥੇ ਰੱਖ ਜਾ ਓਕੇ ਬਾਈ ਜੀ ਮੰਨਿਆ ਨਸ਼ਾ ਹੋਸਟਲ ਤੱਕ ਪਹੁੰਚਾਉਣ ਦੀ ਗੱਲ ਹੋਈ ਸੀ ਪਰ ਤੁਸੀਂ ਇਹ ਤਾਂ ਦੇਖੋ ਕਿ ਬੈਠਿਆਂ ਬਿਠਾਇਆ ਕਿੰਨਾ ਪੈਸਾ ਮਿਲ ਰਿਹਾ ਆਪਾਂ ਤਾਂ ਮੁੰਡੇ ਪੱਟ ਕੇ ਨਸ਼ਿਆਂ 'ਤੇ ਲਾਉਣੇ ਨੇ ਅਤੇ ਪ੍ਰੋਫਿਟ 50-50 ਪ੍ਰੋਫਿਟ ਭਾਵੇਂ 50-50 ਆ ਪਰ ਰਿਸਕ 100% ਆਪਣਾ ਢਿੱਲੋਂ ਨਾਲੇ ਇਹਨਾਂ ਦੇ ਰਾਣੇ ਉਸਤਾਦ ਦਾ ਕੀ ਪਤਾ ਕਿਹੜੀ ਗੁਫਾ 'ਚ ਰਹਿੰਦਾ ਸਾਲਾ ਜੇ ਨਸ਼ਾ ਫੜਿਆ ਗਿਆ ਨਾ ਸਭ ਤੋਂ ਪਹਿਲਾਂ ਪੁਲਿਸ ਨੇ ਆਪਾਂ ਨੂੰ ਚੱਕਣਾ ਤੂੰ ਐਂ ਕਰ ਉਹਨੂੰ ਫੋਨ ਕਰਕੇ ਪੁੱਛ ਕਿੰਨਾ ਕੁ ਟਾਈਮ ਚੱਲੂ ਸਾਰਾ ਕੁਛ ਨਹੀਂ ਤਾਂ ਸਾਲਾ ਕੁਛ ਹੋਰ ਸੋਚੀਏ ਹੈਲੋ ਹਾਂਜੀ ਉਸਤਾਦ ਜੀ ਕੀ ਹਾਲ ਨੇ ਹਾਂ ਵਧੀਆ ਢਿੱਲੋ ਤੂੰ ਸੁਣਾ ਸਮਾਨ ਪਹੁੰਚ ਗਿਆ ਸੀ ਸਮਾਨ ਪਹੁੰਚ ਗਿਆ ਸੀ ਜੀ ਪਰ ਆਪਣੀ ਗੱਲ ਹੋਈ ਸੀ ਜੀ ਸਮਾਨ ਮੁੰਡਿਆਂ ਨੂੰ ਹੋਸਟਲ 'ਚ ਉਹਨਾਂ ਦੇ ਕਮਰੇ ਤੱਕ ਪਹੁੰਚਦਾ ਕਰਨਾ ਗੱਲ ਤਾਂ ਇਹ ਵੀ ਹੋਈ ਸੀ ਢਿੱਲੋ ਕਿ ਬਲਦੇਵ ਦਾ ਸਾਲਾ ਬਹੁਤ ਸਿਆਣਾ ਮੰਨੇ ਬਾਈ ਜੀ ਸਪੀਚ 'ਚ ਅੱਜ ਥੋੜ੍ਹੀ ਗੜਬੜ ਹੋਈ ਹੈ ਪਹਿਲੀ ਵਾਰ ਸੀ ਨਾ ਪਰ ਤੁਸੀਂ ਘਬਰਾਓ ਨਾ ਜੀ ਪੂਰੇ 50 ਮੁੰਡੇ ਜੁੜ ਲਏ ਨੇ ਆਪਣੇ ਨਾਲ 50 ਮੁੰਡੇ ਨਹੀਂ ਗਾਹਕ ਗਾਹਕ ਹੈ ਅਤੇ ਜੇ ਇਸ 50 ਦੇ ਨਾਲ ਇੱਕ ਜੀਰੋ ਹੋਰ ਜੋੜਨੀ ਚਾਹੁੰਦੇ ਹੋ ਨਾ ਤਾਂ ਆਪਣੇ ਜੀਰੋ ਨੂੰ ਸਾਡੇ ਕੋਲ ਭੇਜੋ ਅਸੀਂ ਉਹਨੂੰ ਹੀਰੋ ਬਣਾ ਦਿਆਂਗੇ ਠੀਕ ਹੈ ਉਸਤਾਦ ਜੀ ਮੈਂ ਕਰਦਾ ਬਲਦੇਵ ਬਾਈ ਜੀ ਨਾਲ ਗੱਲ ਤੁਸੀਂ ਆਹ ਹੋਸਟਲ ਵਾਲਾ ਮਸਲਾ ਹੱਲ ਕਰੋ ਕਿਉਂਕਿ ਕੋਠੀ ਵਿੱਚ ਨਸ਼ੇ ਕਰਵਾਉਣਾ ਥੋੜ੍ਹਾ ਜਿਹਾ ਰਿਸਕੀ ਕੰਮ ਹੈ ਜੀ ਉਹ ਤੂੰ ਪਰਵਾਹ ਨਾ ਕਰ ਢਿੱਲੋਂ ਹੋਸਟਲ ਦੇ CCTV ਕੈਮਰਿਆਂ ਨੂੰ ਹੈਕ ਕਰਨ ਦਾ ਕੰਮ ਪੂਰੇ ਜ਼ੋਰਾਂ ਸ਼ੋਰਾਂ 'ਤੇ ਚੱਲ ਰਿਹਾ ਹੋਰ ਵੀ ਲਾਲੀ ਕਿੰਨਾ ਟਾਈਮ ਲੱਗੂ ਫਿਰ 4-5 ਦਿਨ ਲੱਗ ਜਾਣਗੇ ਵਾਹ ਜੀ ਵਾਹ ਅਨਮੋਲ ਵੀਰੇ ਬੜੀ ਚੜ੍ਹਾਈ ਆ ਕਾਲਜ 'ਚ ਹੈ ਉਹ ਵੱਲ ਤੇਰੇ ਉੱਤੇ ਇੱਕ ਮੇਮ ਵੀ ਬਣ ਗਿਆ ਕਹਿੰਦੇ ਹੁਣ ਇਹ ਗੱਲ ਕੌਣ ਫੈਲਾ ਰਿਹਾ ਕਿ ਅਨਮੋਲਦੀਪ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਦਾ ਮੁੰਡਾ ਕੀ ਗੱਲ ਹੋ ਗਈ ਦਿੱਤੀ ਹੋਣਾ ਕੀ ਸੀ ਹੋਸਟਲ 'ਚ ਐਡਜਸਟਮੈਂਟ 'ਤੇ ਰਹਿ ਰਹੀ ਸੀ ਅਤੇ ਵਾਰਡਨ ਨੇ ਅੱਜ ਇਹਨੂੰ ਰੂਮ ਖਾਲੀ ਕਰਨ ਲਈ ਕਿਹਾ ਤਾ ਕਾਲਜ ਵਾਲਿਆਂ ਨੇ ਕੱਲ੍ਹ ਵਾਲੇ ਧਰਨੇ ਦੀ ਖੁੰਦਕ ਕੱਢੀ ਹੈ ਜਿਹੜੇ ਬੱਚੇ ਕੱਲ੍ਹ ਪ੍ਰੋਟੈਸਟ 'ਚ ਸ਼ਾਮਿਲ ਸੀ ਉਹਨਾਂ ਦੀ ਅਟੈਂਡੈਂਸ ਵੀ ਲੈ ਜੋ ਲੋਕ ਕੱਲ੍ਹ ਪ੍ਰੋਟੈਸਟ ਮੇਂ ਨਹੀਂ ਸ਼ਾਮਿਲ ਥੇ ਉਨਕੇ ਐਬਸੈਂਟ ਕਿਉਂ ਕਿਉਂਕਿ ਤੁਸੀਂ ਆਪਣੀ ਕਲਾਸ ਦੇ ਬੱਚਿਆਂ ਨਾਲ ਯੂਨਿਟੀ ਨਹੀਂ ਦਿਖਾਈ